ਅੱਜ ਦਿੱਤੀ 125 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਸੰਸਾਰ ਤੋਂ ਜਾਂਦੇ ਨੇ ਅਕਾਲ ਚਲਾਣਾ ਕਰਦੇ। ਸਿੱਖਾਂ ਨੇ ਸਰੀਰ ਦਾ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਆਪ ਆਏ, ਆ ਕੇ ਸਤਿਗੁਰੂ ਨੇ ਬਾਬਾ ਬੁੱਢਾ ਜੀ ਦੇ ਸਰੀਰ ਦਾ ਇਸ਼ਨਾਨ ਕਰਾ ਕੇ ਵਸਤਰ ਪਵਾਏ। ਜਦੋਂ ਪਰਤੀ ਚੁੱਕਣ ਲੱਗੇ ਨਾ, ਅਰਦਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਪਾਲਕੀ ਨੂੰ ਮੋਢਾ ਨਹੀਂ ਲਾਉਣ ਦਿੱਤਾ ਸੀ, ਪਰ ਅੱਜ ਬਾਬਾ ਬੁੱਢਾ ਜੀ ਤੁਹਾਡੀ ਅਰਥੀ ਨੂੰ ਮੈਂ ਆਪ ਮੋਢਾ ਲਾਉਂਦਾ। ਗੁਰੂ ਨੇ ਮੋਢਾ ਲਾਇਆ, ਮੁੰਡਾ ਕੇ ਲੈ ਕੇ ਗਏ। ਗੱਲ ਕੀ, ਜਿਹਨੇ ਮੌਤ ਪਛਾਣ ਲਈ, ਔਰ ਹੋ ਸਕਦਾ ਹੈ ਮਾਫ ਕਰਨਾ ਵੀ, ਇੱਥੇ ਬਹੁਤ ਧਰਮ ਦੇ ਗ੍ਰੰਥ ਪੜ੍ਹ ਕੇ ਵੀ ਬੜੇ ਭੋਗਾਂ ਤੇ ਜਾ ਕੇ ਹੁਣ ਅੱਜ ਵੀ ਆਪਾਂ ਭੋਗਦੇ ਆਏ ਹਾਂ ਬੇਅੰਤ ਅਰਦਾਸ ਵਿੱਚ। ਇੱਥੇ ਆ ਕੇ ਸਿੱਖਣਾ ਕੀ ਸੀ ਵੀ ਕਿਧਰੇ ਸਾਡਾ ਮਨ ਜਿਹੜਾ ਇਹ ਜਾਗ ਜਾਏ ਵੀ ਮਨਾ, ਅੱਜ ਜਿਵੇਂ ਕੁਝ ਦਿਨ ਪਹਿਲਾਂ ਸਾਡੇ ਵਿੱਚ ਹੱਸਦਾ ਵਸਦਾ ਖੇਡਦਾ ਸਾਡਾ ਵੀਰ ਸਤਨਾਮ ਸਿੰਘ ਨੌਜਵਾਨ ਵੀਰ, ਜਿਵੇਂ ਉਹ ਪਰਮਾਤਮਾ ਦੇ ਸੱਦੇ ਮੁਤਾਬਕ ਕੀ ਭਾਣਾ ਵਰਤਿਆ ਉਹ ਚਲਿਆ ਗਿਆ, ਕੋਈ ਪਤਾ ਨਹੀਂ ਹੈ ਕਿਸ ਦਿਨ ਆਉਂਦੇ ਕੱਲ ਨੂੰ ਜਾਂ ਕੁਝ ਦਿਨਾਂ ਤੱਕ ਸਾਡੇ ਵਿੱਚੋਂ ਕਿਹਨੇ ਕਿਹਨੇ ਸੰਸਾਰ ਤੋਂ ਚਲੇ ਜਾਣਾ, ਕਿਹਨੇ ਰਹਿਣਾ ਹੈ। ਇਸ ਕਰਕੇ ਸਿਰਫ ਲੋਕਾਂ ਦੇ ਭੋਗਾਂ ਤੇ ਨਾ ਆ ਸੁਚੇਤ ਵੀ ਹੋ, ਜਾ ਵੀ ਜਿਸ ਕੰਮ ਲਈ ਤੈਨੂੰ ਇਹ ਜਨਮ ਮਿਲਿਆ ਹੈ ਇਹ ਜਨਮ ਬਰਬਾਦ ਨਾ ਕਰ, ਸੰਸਾਰ ਦੇ ਅੰਦਰ ਖੱਜ ਤੋੜ ਕੇ ਉਸ ਪਰਮੇਸ਼ਰ ਦੇ ਨਾਮ ਨਾਲ ਵੀ ਜੁੜ, ਕਿਉਂਕਿ ਉਹਦੀ ਪ੍ਰਾਪਤੀ ਹੀ ਜੀਵਨ ਦਾ ਮਨੋਰਥ ਹੈ। ਬਾਕੀ ਬਾਬਾ ਕਬੀਰ ਸਾਹਿਬ ਨੇ ਸਮਝਾਇਆ ਹੈ ਵੀ ਇਹ ਦੇਹ ਤੇ ਅਸਕਾਰ ਕਰਨ ਜਾਂਦਾ, ਸਿੱਧਾ ਕਰਨ ਜਾਂਦਾ, ਉਹਨਾਂ ਸ਼ਹੀਦਾਂ ਦੀ ਧਰਤੀ ਉੱਥੇ ਜਾਣਾ। ਇਹ ਜੀਵਨ ਦੇ ਚੰਗੇ ਗੁਣ ਜਿਹੜੇ ਆ ਉਹ ਗੁਰੂ ਕਿਰਪਾ ਕਰੇ ਸੰਸਾਰ ਵਿੱਚ ਬਿਤਰਦਿਆ ਹੋਇਆ ਵੀਰ ਸਤਨਾਮ ਸਿੰਘ ਦੇ ਕੋਲੋਂ, ਜਿੱਥੇ ਜੀਵਨ 'ਚ ਕੁਝ ਭੁੱਲਾਂ ਵੀ ਹੋਈਆਂ ਹੋਣਗੀਆਂ, ਉੱਥੇ ਇਹ ਜੀਵਨ ਦੇ ਜਿਹੜੇ ਚੰਗੇ ਗੁਣ ਹਨ ਉਹ ਚੰਗੇ ਗੁਣ ਚੰਗੀਆਂ ਆਦਤਾਂ ਆਪਾਂ ਸਿੱਖ ਕੇ ਆਪਣੇ ਜੀਵਨ 'ਚ ਕਮਾਉਣੀਆਂ ਹਨ, ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਗੁਰੂ ਕਿਰਪਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਿਓ। ਇਹ ਜਿਹੜੀ ਘੜੀ ਆਈ ਹੈ ਪਰਿਵਾਰ ਦੇ ਉੱਤੇ, ਕਿਉਂਕਿ ਬਜ਼ੁਰਗ ਬੈਠੇ ਹੋਏ ਆਮ ਤੌਰ ਤੇ ਸਮਾਜ ਅੰਦਰ ਆਪਾਂ ਵੇਖਦੇ ਹਾਂ ਕਿ ਮਨ ਮੇਰਿਆ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭ ਨਾਮ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਰੋ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਸਾਚੇ ਸਾਹਿਬਾ ਕਿਆ ਨਾਹੀ ਕਰਿਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਸਾਚਾ ਨਾਮ ਵਿਰਾਇਆ ਦਾਰੋ ਵਾਜੇ ਪੰਜ ਸ਼ਬਦ ਦਿਲ ਹਰ ਕਹਿ ਨਾਨਕ ਕਹਿ ਸੁਖੋ ਵਾਤਿਤ ਘਰ ਅਨਹਦ ਅਨੰਦ ਸੁਣੋ ਬੜ ਭਾਗੀ ਸਗਲ ਮਨੋਰਥ ਤਰੇ ਸਗਲ ਦੁੱਖ ਰੋਗ ਸੰਤਾਪ ਤਰੇ ਸੁਣੀ ਸੱਚੀ ਸਤ ਸਾਜਨ ਭਏ ਸਰ ਸੇ ਪੂਰੇ ਗੁਰਤੇ ਵਾਹਿਗੁਰੂ 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 ਜੀ ਤਿਵੇਂ ਤਪ ਨਿਵਾਰਨ ਹਰ ਦੁੱਖ ਹੰਤਾ ਸੁਖ ਰਾਸਾ।
ਸਤਨਾਮ ਗੋਬਿੰਦ ਨਕੋ ਲਾਗੈ ਜਾਗੀ ਬ੍ਰਾਹਮਾ ਕਰ ਰਾਸ ਰਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗੈ ਗੁਰੂ ਨਾਨਕ ਲਈ ਗਿਆ ਜਪਿਆ ਜਿਨ੍ਹਾਂ ਨੇ ਨਾਮ ਲਿਖਿਆ ਪੜ੍ਹ ਛਕਿਆ ਦੇਖ ਚਲਾਈ ਦੇਵ ਵਾਹੀ ਦੇਖ ਸੁਣ ਗ੍ਰੰਟ ਕੀਤਾ ਤਿੰਨਾਂ ਪਿਆਰਿਆਂ ਸਜਿਆਣਾ ਦੀ ਕਮਾਈ ਦਾ ਧਿਆਨ ਕਰਕੇ ਖਾਸ ਸਾਹਿਬ ਦੀਨ ਦਿਆਲ ਕਰਨ ਕਾਰਨ ਭਗਤ ਪਾਵਨ ਭਗਤ ਵਚਨ ਕਿਰਪਾ ਨਾਲ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਦੀ ਆਗਤ ਭਾਵ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ ਆਵੀ ਦੇ ਮਹਾਂਪੁਰਖਾਂ ਅਨੁਸਾਰ ਆਵੀ ਦੇ ਘਰ ਦੇ ਪੀਠਵਾਨ ਕਾਕਾ ਸਤਨਾਮ ਸਿੰਘ ਜੋ ਵੀ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਦੇ ਘੱਲੇ ਸਨ ਸੋ ਪੂਰੇ ਕਰਦਿਆਂ ਹੋਇਆ ਕਈ ਰੋਜ਼ ਹੋ ਗਏ ਆਵੀ ਦੇ ਭਾਣੇ ਅਨੁਸਾਰ ਕਾਲ ਚਲਾਣਾ ਆਪ ਜੀ ਦਾ ਹੁਕਮਨਾਮਾ ਸੁਣਾ ਕੇ ਸੰਗਤਾਂ ਨੂੰ ਅਰਦਾਸ ਕਰੋ ਸੁੱਖੋ ਵੀ ਨਾਮ ਦਿੱਤਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਦਰ ਦਿਸਾ ਕੀ ਨੋ ਮਲੇ ਆਪਣਾ ਸਿਰ ਉੱਪਰ ਕਰਦਾ ਪਿੰਡ ਨੂੰ ਹੋਏ
ਉਹਦੇ ਜਿਹੜੇ ਸੰਸਕਾਰ ਕੀਤਾ ਇੱਡਾ ਵੱਡਾ ਇਕੱਠ ਪਹਿਲੀ ਵਾਰ ਦੇਖਿਆ ਇੱਕ ਪਾਸੇ ਲੋਕ ਇੱਧਰ ਸਭ ਤੋਂ ਪਹਿਲਾਂ ਬਹੁਤ ਹੀ ਵਿਸਤਾਰ ਦੇ ਨਾਲ ਸਾਰਿਆਂ ਨੇ ਦੱਸਿਆ ਗਾ ਕਿਉਂਕਿ ਮੈਨੂੰ ਇਸ ਪਰਿਵਾਰ ਨਾਲ ਬਹੁਤ ਹੀ ਲਗਾਅ ਆ ਦੁੱਖ ਤਕਲੀਫ ਦੇ ਵਿੱਚ ਹਮੇਸ਼ਾ ਸਾਥ ਦਿੰਦੇ ਰਹੇਗੇ ਅੱਜ ਜੋ ਸਰਦਾਰ ਜਗਦੇਵ ਸਿੰਘ ਜਿਨ੍ਹਾਂ ਦਾ ਇੱਕ ਬਹੁਤ ਹੀ ਸਿਆਣਾ ਬੱਚਾ ਜਿਨ੍ਹਾਂ ਨੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕਰਨਾ ਸੀ ਉਹਨਾਂ ਨੇ ਬਹੁਤ ਹੀ ਧਾਰਨਾ ਧਾਰੀਆਂ ਪਰ ਸੱਚੀ ਮਿਹਨਤ ਦੇ ਨਾਲ ਜੋ ਪੈਸਾ ਕਮਾ ਕੇ ਆਪਣੇ ਪੁੱਤਰ ਦੀ ਖਾਤਰ ਐਡਾ ਵੱਡਾ ਕੰਮ ਕੀਤਾ ਅੱਜ ਤੁਸੀਂ ਦੇਖੋ ਹੱਥ ਖੁੱਲ੍ਹੇ ਹੈ ਬਾਬਾ ਬੁੱਢਾ ਜੀ ਦਾ ਅੱਜ ਦਿੱਤੇ 125 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਸੰਸਾਰ ਤੋਂ ਜਾਂਦੇ ਨੇ ਅਕਾਲ ਚਲਾਣਾ ਕਰਦੇ ਸਿੱਖਾਂ ਨੇ ਸਰੀਰ ਦਾ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ ਗੁਰੂ ਹਰਗੋਬਿੰਦ ਸਾਹਿਬ ਆ ਪਾਏ ਆ ਕੇ ਸਤਿਗੁਰੂ ਨੇ ਬਾਬਾ ਬੁੱਢਾ ਜੀ ਦੇ ਸਰੀਰ ਦਾ ਇਸ਼ਨਾਨ ਕਰਾ ਕੇ ਵਸਤਰ ਪਵਾਏ ਜਦੋਂ ਪਾਤੀ ਚੁੱਕਣ ਲੱਗੇ ਨਾ ਅਰਦਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਪਾਲਕੀ ਨੂੰ ਮੋਢਾ ਨਹੀਂ ਲਾਉਣ ਦਿੱਤਾ ਸੀ ਪਰ ਅੱਜ ਬਾਬਾ ਬੁੱਢਾ ਜੀ ਤੁਹਾਡੀ ਅਰਥੀ ਨੂੰ ਮੈਂ ਆਪ ਮੋਢਾ ਲਾਉਂਦਾ ਗੁਰੂ ਨੇ ਮੋਢਾ ਲਾਇਆ ਦੀ ਅਰਥੀ ਨੂੰ ਲਾ ਕੇ ਲੈ ਕੇ ਗਏ ਗੱਲ ਕੀ ਜਿਹਨੇ ਮੌਤ ਪਛਾਣ ਲਈ ਔਰ ਹੋ ਸਕਦਾ ਹੈ ਮਾਫ ਕਰਨਾ ਵੀ ਇੱਥੇ ਬਹੁਤ ਧਰਮ ਦੇ ਗ੍ਰੰਥ ਪੜ੍ਹ ਕੇ ਵੀ ਬੜੇ ਭੋਗਾਂ ਤੇ ਜਾ ਕੇ ਹੁਣ ਅੱਜ ਵੀ ਆਪਾਂ ਭੋਗਦੇ ਆਏ ਹਾਂ ਵੀ ਅੰਤਮ ਅਰਦਾਸ ਵਿੱਚ ਇੱਥੇ ਆ ਕੇ ਸਿੱਖਣਾ ਵੀ ਸੀ ਵੀ ਕਿਧਰੇ ਸਾਡਾ ਮਨ ਜਿਹੜਾ ਹੈ ਇਹ ਜਾਗ ਜਾਏ ਵੀ ਮਨਾ ਅੱਜ ਜਿਵੇਂ ਕੁਝ ਦਿਨ ਪਹਿਲਾਂ ਸਾਡੇ ਵਿੱਚ ਹੱਸਦਾ ਵਸਦਾ ਖੇਡਦਾ ਸਾਡਾ ਵੀਰ ਸਤਨਾਮ ਸਿੰਘ ਨੌਜਵਾਨ ਵੀਰ ਜਿਵੇਂ ਉਹ ਪਰਮਾਤਮਾ ਦੇ ਸੱਦੇ ਮੁਤਾਬਕ ਕੀ ਭਾਣਾ ਵਰਤਿਆ ਉਹ ਚਲਿਆ ਗਿਆ ਕੋਈ ਪਤਾ ਨਹੀਂ ਹੈ ਕਿਸ ਦਿਨ ਆਉਂਦੇ ਕੱਲ੍ਹ ਨੂੰ ਜਾਂ ਕੁਝ ਦਿਨਾਂ ਤੱਕ ਸਾਡੇ ਵਿੱਚੋਂ ਕਿਹਨੇ ਕਿਹਨੇ ਸੰਸਾਰ ਤੋਂ ਚਲੇ ਜਾਣਾ ਕਿਹਨੇ ਰਹਿਣਾ ਹੈ ਇਸ ਕਰਕੇ ਸਿਰਫ ਲੋਕਾਂ ਦੇ ਭੋਗਾਂ ਤੇ ਨਾ ਆ ਸੁਚੇਤ ਵੀ ਹੋ ਜਾ ਵੀ ਜਿਸ ਕੰਮ ਲਈ ਤੈਨੂੰ ਇਹ ਜਨਮ ਮਿਲਿਆ ਹੈ ਇਹ ਜਨਮ ਬਰਬਾਦ ਨਾ ਕਰ ਸੰਸਾਰ ਦੇ ਅੰਦਰ ਖਚਿਤ ਹੋ ਕੇ ਉਸ ਪਰਮੇਸ਼ਰ ਦੇ ਨਾਮ ਨਾਲ ਵੀ ਜੁੜ ਕਿਉਂਕਿ ਉਹਦੀ ਪ੍ਰਾਪਤੀ ਹੀ ਜੀਵਨ ਦਾ ਮਨੋਰਥ ਹੈ ਬਾਕੀ ਬਾਬਾ ਕਬੀਰ ਸਾਹਿਬ ਨੇ ਸਮਝਾਇਆ ਹੈ ਵੀ ਇਹ ਦੇਹ ਤੇ ਆਤਮਾ ਦਾ ਜਿਹੜਾ ਸੰਬੰਧ ਹੈ ਉਹ ਕੋਈ ਸਦੀਵ ਨਹੀਂ ਹੈ ਸਥਿਰ ਨਹੀਂ ਹੈ ਇਸ ਕਰਕੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਜਿਹੜੇ ਬਾਣੀ ਨਾਲ ਜੁੜਦੇ ਉਹ ਸਰੀਰਾਂ ਤੋਂ ਉੱਪਰ ਉੱਠ ਜਾਂਦੇ ਸੁਰਤ ਨੂੰ ਕੋਈ ਦੁਖੀ ਨਹੀਂ ਕਰ ਸਕਦਾ ਸਰੀਰ ਨੂੰ ਔਰੰਗਜ਼ੇਬ ਨੇ ਦੁਖੀ ਕਰਨਾ ਚਾਹਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਨੂੰ ਵੀ ਪਰਿਵਾਰ ਦੀ ਭੀੜ ਪਾ ਦਿਆਂ ਘੇਰਾ ਪਾ ਦਿਆਂ ਬੱਚਿਆਂ ਨੂੰ ਸ਼ਹੀਦ ਕਰਦਿਆਂ ਪਰ ਸੁਰਤ ਦਾ ਜਿਹੜਾ ਘੇਰਾ ਹੈ ਉਹ ਔਰੰਗਜ਼ੇਬ ਪ੍ਰਭਾਵ ਨਾ ਕਰ ਠੰਡ ਵਿੱਚ ਰਹਿਣਾ ਪਿਆ ਉਹ ਸਹੂਲਤਾਂ ਨਹੀਂ ਹਨ ਪੈਦਲ ਤੁਰਨਾ ਪਿਆ ਕੰਡਿਆਂ ਤੇ ਤੁਰਨਾ ਪਿਆ ਪਰ ਸੁਰੂ ਨੇ ਸਮਝਾਈ ਹੈ ਵੀ ਪਰਿਵਾਰਾਂ ਦੇ ਅੰਦਰ ਅਸੀਂ ਰਹਿਣਾ ਸਮਾਜ ਵਿੱਚ ਰਹਿਣਾ ਹੈ ਦੁੱਖ ਤੇ ਸੁੱਖ ਕੱਪੜੇ ਦੀ ਤਰ੍ਹਾਂ ਹਨ
ਇੱਕ ਦਿਨ ਜਿਵੇਂ ਕੱਪੜਾ ਇੱਕੋ ਸਦਾ ਦੀ ਪਾਈ ਰੱਖਦੇ ਉਹ ਲਾਉਣਾ ਪੈਂਦਾ ਹੈ ਫਿਰ ਦੂਜਾ ਪਾਉਣਾ ਪੈਂਦਾ। ਇਸੇ ਤਰੀਕੇ ਨਾਲ ਕਦੇ ਸਵੰਤ ਕਰਕੇ ਗੁਰਸਿੱਖਾਂ ਗੁਰੂ ਨਾਲ ਜੁੜਿਆ ਰਹੇਗਾ, ਬਾਣੀ ਨਾਲ ਜੁੜਿਆ ਰਹੇਗਾ, ਕਦੇ ਉਹ ਚੀਜ਼ ਨੂੰ ਚੇਤੇ ਕਰਿਆ ਕਰੇਗਾ ਵੀ ਮੇਰੇ ਕੱਲੇ ਤੇ ਨਹੀਂ ਆਏ, ਇਹ ਸਮਾਂ ਗੁਰੂਆਂ ਤੇ ਵੀ ਆਇਆ ਹੈ। ਤਾਂ ਸੁਰਤ ਤੇਰੀ ਚੜ੍ਹਦੀ ਕਲਾ ਵਿੱਚ ਰਹਿ ਸਕਦੀ ਹੈ। ਸਤਿਗੁਰੂ ਰਹਿਮਤ ਕਰਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ। ਸਿੱਖ ਨਮਸਕਾਰ ਕਰਨ ਜਾਂਦਾ, ਸਿੱਜਦਾ ਕਰਨ ਜਾਂਦਾ, ਉਹਨਾਂ ਸ਼ਹੀਦਾਂ ਦੀ ਦਰਦ ਕੀਤਾ, ਉੱਥੇ ਜਾਣਾ ਇਹ ਜੀਵਨ ਦੇ ਚੰਗੇ ਗੁਣ ਜਿਹੜੇ ਆ ਉਹ ਗੁਰੂ ਕਿਰਪਾ ਕਰੇ ਸੰਸਾਰ ਵਿੱਚ ਬਿਤਰਦਿਆ ਹੋਇਆ ਵੀਰ ਸਤਨਾਮ ਸਿੰਘ ਦੇ ਕੋਲੋਂ ਜਿੱਥੇ ਜੀਵਨ 'ਚ ਕੁਝ ਭੁੱਲਾਂ ਵੀ ਹੋਈਆਂ ਹੋਣਗੀਆਂ ਉੱਥੇ ਇਹ ਜੀਵਨ ਦੇ ਜਿਹੜੇ ਚੰਗੇ ਗੁਣ ਹਨ ਉਹ ਚੰਗੇ ਗੁਣ ਚੰਗੀਆਂ ਆਦਤਾਂ ਆਪਾਂ ਸਿੱਖ ਕੇ ਆਪਣੇ ਜੀਵਨ 'ਚ ਕਮਾਉਣੀਆਂ ਹਨ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਗੁਰੂ ਕਿਰਪਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਿਓ ਇਹ ਜਿਹੜੀ ਘੜੀ ਆਈ ਹੈ ਪਰਿਵਾਰ ਦੇ ਉੱਤੇ, ਕਿਉਂਕਿ ਬਜ਼ੁਰਗ ਬੈਠੇ ਹੋਏ ਆਮ ਤੌਰ ਤੇ ਸਮਾਜ ਅੰਦਰ ਆਪਾਂ ਵੇਖਦੇ ਹਾਂ ਇੱਕੋ ਗੱਲ ਨਹੀਂ ਪਾਲ ਰਹੇ ਆ ਉਸੇ ਤਰੀਕੇ ਨਾਲ, ਕਿਉਂਕਿ ਇੱਕ ਦਿਨ ਆਉਣਾ ਹੈ ਜਿਸ ਦਿਨ ਅੱਜ ਬੱਚਿਆਂ ਨੂੰ ਮਾਪਿਆਂ ਦੇ ਸਹਾਰੇ ਦੀ ਲੋੜ ਹੈ, ਕੱਲ੍ਹ ਨੂੰ ਮਾਪਿਆਂ ਨੂੰ ਬੱਚਿਆਂ ਦੇ ਸਹਾਰੇ ਦੀ ਲੋੜ ਹੈ। ਇਸੇ ਕਰਕੇ ਇਹ ਸੱਟ ਇੰਨੀ ਜ਼ਿਆਦਾ ਪੀੜ ਮਹਿਸੂਸ ਹੁੰਦੀ ਜਦੋਂ ਨੌਜਵਾਨੀ ਦੀ ਹਾਲਤ ਵਿੱਚ ਘਰ ਵਿੱਚੋਂ ਕੋਈ ਬੱਚਾ ਚਲਿਆ ਜਾਏ, ਕਿਉਂਕਿ ਸਾਰੀ ਜ਼ਿੰਦਗੀ ਜਿਉਂ ਰਹੇ ਹਨ ਵੀ ਕੱਲ੍ਹ ਨੂੰ ਸਾਡਾ ਬੁਢੇਪੇ ਵਿੱਚ ਇਹਨੇ ਸਹਾਰਾ ਬਣਨਾ। ਜਦੋਂ ਉਹ ਸਹਾਰਾ ਟੁੱਟਦਾ ਪ੍ਰਤੀਤ ਹੁੰਦਾ ਹੈ ਉਸ ਵੇਲੇ ਬੰਦਾ ਇੰਨਾ ਡਾਵਾਡੋਲ ਹੋ ਜਾਂਦਾ ਹੈ ਵੀ ਕੱਲ੍ਹ ਨੂੰ ਹੁਣ ਮੇਰਾ ਸਹਾਰਾ ਜਦੋਂ ਸੰਸਾਰ ਤੋਂ ਚਲਿਆ ਗਿਆ ਤੇ ਕਿਵੇਂ ਜ਼ਿੰਦਗੀ ਚੱਲੇਗੀ। ਇਸ ਕਰਕੇ ਪਰ ਇਹ ਪਰਮਾਤਮਾ ਦਾ ਹੁਕਮ ਹੈ ਵੀ ਹਰ ਇੱਕ ਘਰ ਦੇ ਵਿੱਚ ਹਰ ਸਾਲ ਤੇ ਇਹ ਪਾਣਾ ਵਰਤਦਾ ਕਿ ਤਰੀਕੀ ਦੀ ਘਟਨਾ ਕਹਿੰਦੇ ਆ ਇਹ ਇਕੱਲੇ ਸਾਡੇ ਨਾਲ ਹੀ ਵਰਤਦਾ। ਜੇ ਆਪਾਂ ਕਹੀਏ ਵੀ ਸਤਿਕਾਰ ਜੋ ਭਾਈ ਰਾਮ ਸਿੰਘ ਹੋਣੀ ਇਹਨਾਂ ਦੇ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ ਉਹ ਇੱਕ ਘਰ ਦੇ ਵਿੱਚ ਬੈਠੇ ਨੇ, ਪਿੰਡ ਦੇ ਵਿੱਚ ਬੈਠੇ ਆ, ਇੱਕ ਮਾਂ ਆਈ ਬੜੀ ਰੋ ਰਹੀ ਹੈ, ਤੜਪ ਰਹੀ ਹੈ। ਰੋਂਦੀ ਹੋਈ ਮਾਂ ਕਿਉਂ ਝੱਲਿਆ ਨਾ ਗਿਆ, ਉਹਨਾਂ ਪੁੱਛਿਆ ਕਿ ਕਾਰਨ ਕੀ ਹੈ ਜਿਹੜੀਆਂ ਬੀਬੀਆਂ। ਔਰ ਮਹਾਤਮਾ ਬੁੱਧ ਉਹਨੂੰ ਕੋਲ ਬਿਠਾ ਕੇ ਸਮਝਾਉਣ ਲੱਗੇ ਵੀ ਮੇਰੀਏ ਧੀਏ ਮੇਰੀਏ ਭੈਣੇ ਇਹ ਰੱਬ ਦਾ ਹੁਕਮ ਹੈ, ਕੀ ਕੀਤਾ ਜਾ ਸਕਦਾ, ਉਹਦੀ ਰਜ਼ਾ ਹੈ, ਉਹਦੇ ਹੁਕਮ ਨੂੰ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਮੁਕਦੀ ਗੱਲ ਕਹਿਣ ਲੱਗੇ ਵੀ ਉਹ ਇੱਕੋ ਗੱਲ ਤੇ ਅੜੀਆ ਨਹੀਂ, ਤੁਸੀਂ ਮਹਾਤਮਾ ਹੋ ਤੁਸੀਂ ਕਿਰਪਾ ਜਿਹੜੀ ਮਰਜ਼ੀ ਕੀਮਤ ਕਹੋਗੇ ਮੈਂ ਤਾਰਨ ਦੀ ਮਮਤਾ ਇਹੋ ਜਿਹੀ ਹੈ ਜਿਹਦੇ ਸਰੀਰ ਦਾ ਇੱਕ ਹਿੱਸਾ ਚਲਿਆ ਗਿਆ ਪਹੁੰਚਣ ਵਾਸਤੇ ਤਿਆਰ ਨਹੀਂ। ਉਹਨਾਂ ਨੇ ਇੱਕ ਤਰੀਕਾ ਬੜਾ ਪਿਆਰਾ ਵਰਤਿਆ, ਕਹਿੰਦੇ ਫਿਰ ਇੱਦਾਂ ਕਰ ਮੇਰੀਏ ਭੈਣੇ ਉਹਦੇ ਲਈ ਕਹਿਣ ਲੱਗੇ ਵੀ ਕੁਝ ਮੈਨੂੰ ਨਾ ਇੱਕ ਮੁੱਠੀ ਭਰ ਚੌਲ ਲਿਆ ਕੇ ਦੇ ਆ, ਕਿਸੇ ਨੇ ਘਰੋਂ ਮੰਗ ਕੇ ਲਿਆਉਣੇ ਆ। ਮਾਈ ਤੇਰਾ ਮਨ ਜੀ ਪ੍ਰਸਾਦ ਮਹਿ ਨਾਨਕ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭ ਨਾਮ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਬਣੋ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਸਾਚੇ ਸਾਹਿਬਾ ਗਿਆਨ
ਹਰਿਆ ਹਰ ਅਨਾਥ ਸੁਣੋ ਪੜ ਭਾਗੀ ਸਗਲ ਮਨੋਰਥ ਪਾਪ ਤਰੇ ਸਗਲ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਸਤ ਸਾਜਨ ਭੈ ਸਰ ਸੇ ਪੂਰੇ ਗੁਰਤੇ ਸੁਣੀ ਜਾਨੀ ਨਾਨਕ ਦਾਸ ਵਾਹਿਗੁਰੂ 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 ਜੀ ਤਿਨੇ ਤਪ ਨਿਵਾਰਨ ਹਰ ਦੁੱਖ ਹੰਤਾ ਸੁਖਰਾਸ ਗੋਬਿੰਦ ਕੋ ਲਾਗੈ ਜਾਗੀ ਬ੍ਰਾਹਮਾ ਕਾ ਰਾਸ ਰਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਵਿੱਚ ਸਭ ਬਿਜਾਏ ਤੇਗ ਬਹਾਦਰ ਸਿਮਰੀ ਹੈ ਪਰ ਨੌਵੇਂ ਦਾਵਤ ਆਏ ਸਭ ਥਾਈ ਬਣਾਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਬਣਾਏ ਸਹਾਏ ਦਸਵਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਰੱਖੇ ਖਾਲਸਾ ਸਾਹਿਬ ਜੀ ਵਾਹਿਗੁਰੂ ਥੱਕਿਆਂ ਥੱਕਿਆਂ ਜਿਨ੍ਹਾਂ ਨੇ ਨਾਮ ਲਿਖਿਆ ਪੜ੍ਹ ਛਕਿਆ ਦੇਗ ਜਲਾਈ ਦੇਗ ਵਾਹੀ ਦੇਖ ਸੁਣ ਗ੍ਰੰਥ ਕੀਤਾ ਤਿੰਨਾਂ ਪਿਆਰਿਆਂ ਸਿਧਿਆਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਸਾਹਿਬ ਜੀ ਵਾਹਿਗੁਰੂ ਗੋਪੀਆਂ ਲਹਾਈਆਂ ਚੜਕੜੀਆਂ ਤੇ ਚੜੇ ਤਾਰਿਆਂ ਨਾਲ ਜਿਹੜਾ ਗੁਰੂਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਵੀ ਹਾਰਿਆ ਸਿੱਖੀ ਕੇਸਾਂ ਸਸਤਾਂ ਸੰਗਮ ਆਇਆ ਤਿੰਨਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਕਰਕੇ ਖਾਲਸਾ ਸਾਹਿਬ ਵਾਹਿਗੁਰੂ 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 ਜਿਤਾਵੇ ਜਿਤਾਵਨ ਦਾ ਸਦਕਾ ਸਭ ਸੁੱਖ ਹੋਏ ਜਹਾਂ ਜਹਾਂ ਖਾਲਸਾ ਸਾਹਿਬ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਗੁੰਗੇ ਜੁਗੋ ਜੁਗ ਅਡਾਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਯੋ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਗੁਰਦੁਆਰਿਆਂ ਕੋਲ ਧਾਮਾਂ ਤੋਂ ਜਿਹਨਾਂ ਤੋਂ ਖਾਲਸਾ ਜੀ ਨੂੰ ਬਖਸ਼ੋ ਹੇ ਦੀਨ ਦਿਆਲ ਕਰਨ ਕਾਰਨ ਭਗਤ ਪਾਵਨ ਭਗਤ ਵਚਨ ਕਿਰਪਾ ਨਾਲ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਦੀ ਆਗਨ ਭਾਵ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ ਆਵੀ ਦੇ ਮਹਾਂਪੁਰਖ ਅਨੁਸਾਰ ਆਵੀ ਦੇ ਘਰ ਦੇ ਪ੍ਰੀਤਵਾਨ ਕਾਕਾ ਸਤਨਾਮ ਸਿੰਘ ਜੋ ਵੀ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਦੇ ਘੱਲੇ ਸਨ ਸੋ ਪੂਰੇ ਕਰਦਿਆਂ ਹੋਇਆ ਕਈ ਰੋਜ਼ ਹੋ ਗਏ ਆਵੀ ਦੇ ਭਾਣੇ ਅਨੁਸਾਰ ਕਾਲ ਚਲਾਣਾ ਕਰਦਾ ਦੀ ਉਹਦੇ ਭਲੇ ਵਾਸਤੇ ਤਥਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਸਹਿਜ ਪਾਠ ਆਰੰਭ ਕਰਾਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਗ੍ਰਹਿ ਵਿਖੇ ਉਹਨਾਂ ਦੀ ਜਾਤ ਦੇ ਵਿੱਚ ਵਿਚਾਰਾਂ ਹੋਈਆਂ ਨੇ ਪਾਠੀ ਸਿੰਘ ਤੋਂ ਬਾਣੀ ਪੜ੍ਹਦੇ ਹਾਂ ਭੁੱਲਾਂ ਤੋਂ ਕਿਵੇਂ ਕਰਨੀ ਅੱਗੇ ਵਾਸਤੇ ਬਾਣੀ ਪੜ੍ਹਨ ਦੇ ਵਿਚਾਰਾਂ ਕਰਦੇ ਪੜ੍ਹੀ ਸੁਣੀ ਬਾਣੀ ਤੇ ਵਿਚਾਰਾਂ ਮਹਾਤਮ
ਫਲਾਂ ਦੇ ਚੁੱਕ ਗੁਰੂ ਭਾਈ ਦਾ ਭਾਈ ਬੜਕਾ ਸਤਨਾਮ ਸਿੰਘ ਨੂੰ ਪ੍ਰਾਪਤ ਕਰਨਾ ਅਤੇ ਸੁਖਨਾਮ ਦੀ ਵਰਤਾਉਣੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਨ ਰੋਜ ਹੈ ਰਾਜ ਕਰੇ ਗਾ। ਵਾਹਿਗੁਰੂ ਜੀ, ਕਿਰਪਾ ਕਰੋ ਦੀਨ ਤੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਿਓ ਕੋਈ, ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਨਸ ਕੀ ਕਾ ਦੇਹੀ, ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਦਾ ਨ ਜਾਣੈ ਮੇਰਾ, ਸਤਨਾਮ ਸ੍ਰੀ ਵਾਹਿਗੁਰੂ। ਚਦਰ ਦਿਸਾ ਕੀ ਨੋ ਮਲ ਆਪਣਾ, ਦਾਸ ਦਾ ਦੁਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ, ਜੋ ਮੰਗੈ ਠਾਕੁਰ ਆਪਣੇ ਦੇ, ਸੋਈ ਸੋਈ ਦੇਵ ਨਾਨਕ ਦਾਸ ਮ।
ਮੁਕਤੀ ਜੋ ਲੈ ਇਹਾ ਉਹਾ ਸਚ ਹੋਵੇ ਜੋ ਮੰਗੈ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਉਸੇ ਰਾਜਾ ਦੇ ਤਹਿਤ ਸਾਡੇ ਨੌਜਵਾਨ ਸਾਨੂੰ ਸਦਾ ਦੀ ਨਸੀਬ ਵੀ ਛੋੜਾ
ਦੇ ਕੇ ਚੱਲਿਆ ਗਿਆ। ਗੁਰੂ ਸਾਹਿਬ ਆਖਦੇ ਹਨ ਇਨਸਾਨ ਜੇ ਤੈਨੂੰ ਮਨੁੱਖਾ ਜਨਮ ਮਿਲਿਆ ਤਾਂ ਇੱਥੇ ਇਹ ਨਹੀਂ ਕਿ ਲਾਲਚਾਂ ਦੇ ਵਿੱਚ ਕੌਡੀਆਂ ਦੇ ਭਾਏ ਨੂੰ ਗਵਾ ਦੇ, ਇੱਥੇ ਕੋਈ ਐਸਾ ਜੱਗ ਦੇ ਵਿੱਚ ਕੰਮ ਕਰਕੇ ਜਾਂ ਜਿਹੜੇ ਤੇਰੇ ਜੀਵਨ ਤੋਂ ਸਿਰ ਲੈ ਕੇ ਲੋਕ ਆਪਣਾ ਜੀਵਨ ਸਵਾਰ ਸਕਣ। ਜੇ ਇਸ ਪਰਿਵਾਰ ਦੀ ਗੱਲ ਕਰੀਏ ਦਸਾਂ ਰਾਹਾਂ ਦੀ ਕਿਰਤ ਕਿਰਤ ਕਰਨ ਵਾਲਾ ਸਾਰਾ ਪਰਿਵਾਰ ਭਾਈ ਸੁਖਦੇਵ ਸਿੰਘ ਜੀ, ਭਾਈ ਸੁੰਦਰਪਾਲ ਸਿੰਘ ਜੀ, ਅਤੇ ਹਮੇਸ਼ਾ ਹੀ ਦਸਾਂ ਰਾਹਾਂ ਦੀ ਕਿਰਤ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਵਾਲਾ ਇਹ ਪਰਿਵਾਰ ਅੱਜ ਇਹ ਅਸਹਿਤ ਅਕਹਿ ਕਸ਼ਟ ਇਸ ਪਰਿਵਾਰ ਦੇ ਉੱਤੇ ਆਇਆ। ਉਸ ਪਰਮਾਤਮਾ ਦੇ ਅੱਗੇ ਯੋਗਤਾ ਹੈ ਨਹੀਂ, ਉਹਦੀ ਕੀਤੀ ਹੋਈ ਕੌਣ ਕਹੇ ਕਿ ਤੂੰ ਹੀ ਜਰਾਇ ਕਰ। ਇਹ ਪਹਾੜਾ ਉਸ ਪਰਮਾਤਮਾ ਦਾ ਮੰਨਣਾ ਪੈਂਦਾ, ਕਿਉਂਕਿ ਗੁਰੂ ਸਾਹਿਬ ਨੇ ਇਹ ਪਹਾੜਾ ਮੰਨਿਆ ਚਾਰ ਸਾਹਿਬਜ਼ਾਦੇ ਸੰਸਾਰ ਤੋਂ ਆ ਕੇ ਅਤੇ ਸਾਨੂੰ ਆਪਣੇ ਪੁੱਤ ਬਣਾਇਆ ਹੈ ਅਤੇ ਤੱਤੀਆਂ ਤੱਤਿਆਂ 'ਤੇ ਲੈ ਕੇ ਸਾਨੂੰ ਪਹਾੜਾ ਮੰਨਣ ਦੀ ਇਜਾਜ਼ਤ ਦਿੰਦੀ ਹੈ। ਪਰ ਉਹ ਆਪ ਸਾਖੀਆਂ ਦੇ ਮਾਲਕ ਸੀ, ਕਿਉਂਕਿ ਪੁੱਤਾਂ ਦੇ ਵਸੂੜੇ ਬੜੇ ਹੁੰਦੇ ਹਨ, ਕਿਉਂਕਿ ਜਿਸ ਸਮੇਂ ਛੋਟੇ ਸਾਹਿਬਜ਼ਾਦੇ ਖੇਡਦੇ ਫਿਰਦੇ ਆ ਤਾਂ ਉਸ ਸਮੇਂ ਮਾਤਾ ਜੀਤਾ ਨੇ ਕਿਹਾ ਕਿ ਭਾਈ ਸਾਹਿਬ ਸਿੰਘ ਗੁਰੂ ਸਾਹਿਬ ਬੱਚਿਆਂ ਦਾ ਖਿਆਲ ਨਹੀਂ ਰੱਖਦਾ, ਕੰਧਾਂ ਦੇ ਉੱਤੇ ਚੜੇ ਫਿਰਦੇ ਨੇ। ਤਾਂ ਗੁਰੂ ਸਾਹਿਬ ਆਖਦੇ ਮਾਤਾ ਜੀਤਾ ਅਤੇ ਕੱਲ੍ਹ ਨੂੰ ਇਹਨਾਂ ਕੰਧਾਂ ਦੇ ਵਿੱਚ ਇਹਨਾਂ ਨੇ ਚੜੇ ਜਾਣਾ, ਉਸ ਸਮੇਂ ਕੀ ਲਾਂਭਾ ਦੇਵੇਗੀ। ਇਸੇ ਤਰ੍ਹਾਂ ਜੋ ਅਕਾਲ ਪੁਰਖ ਦਾ ਹੁਕਮ ਆ ਉਹ ਮੰਨਣਾ ਪੈਣਾ, ਉਹਨਾਂ ਨੂੰ ਪਤਾ ਸੀ ਕਿ ਇਸੇ ਤਰ੍ਹਾਂ ਹੋਣਾ। ਪਰ ਜੋ ਇਹ ਪਹਾੜਾ ਅਨਮੇੜ ਹੈਗਾ ਸਾਡੇ ਜਾਂ ਚੇਤੇ ਨਹੀਂ ਸੀ, ਕਿਉਂਕਿ ਖੁਸ਼ੀਆਂ ਦੇ ਨਾਲ ਪਰਿਵਾਰ ਨੇ ਏਡਾ ਵੱਡਾ ਖਰਚ ਕਰਕੇ ਪੁੱਤਰ ਧੀਆਂ ਦੀ ਖਾਤਰ ਆਪਾਂ ਸਾਰੇ ਕਰਦੇ ਹਾਂ ਕਿ ਪੁੱਤਰ ਧੀਆਂ ਦਾ ਜੋ ਆਉਣ ਵਾਲਾ ਭਵਿੱਖ ਵਧੀਆ ਬਣੇਗਾ, ਜੇ ਬੱਚਿਆਂ ਦਾ ਭਵਿੱਖ ਵਧੀਆ ਬਣੇਗਾ ਤਾਂ ਮਾਤਾ ਪਿਤਾ ਦਾ ਜੋ ਬੁਢੇਪਾ ਉਹ ਸਖਾਲਾ ਲੱਗ ਜਾਂਦਾ ਜਦੋਂ, ਕਿਉਂਕਿ ਪੁੱਤਰ ਧੀਆਂ ਆਪਣੇ ਸਿੱਖ ਹੁਣ ਮਾਪੇ ਉਸ ਹੌਸਲੇ ਦੇ ਨਾਲ ਸੰਸਾਰ ਦੇ ਵਿੱਚ ਚੱਲਦੇ ਹਨ। ਜਦੋਂ ਐਸਾ ਭਾੜਾ ਵਰਤ ਜਾਵੇ ਤਾਂ ਇਨਸਾਨ ਦੀਆਂ ਬਾਹਾਂ ਟੁੱਟ ਜਾਂਦੀਆਂ ਨੇ, ਇਨਸਾਨ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਕੋਈ ਵੀ ਰਸਤਾ ਇਨਸਾਨ ਨੂੰ ਦਿੰਦਾ ਨਹੀਂ। ਪਰ ਉਸ ਪਰਮਾਤਮਾ ਦੇ ਅੱਗੇ ਜੋੜ ਨਹੀਂ ਸਾਨੂੰ ਪਹਾੜਾ ਹੀ ਮੰਨਣ ਦੀ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ। ਆਪਾਂ ਸਾਰੇ ਇਕੱਠੇ ਹੋ ਕੇ ਉਸ ਪਿਛਲੀ ਹੋਈ ਆਤਮਾ ਨੂੰ ਸਾਧਾ ਦੀ ਸਤਿਕਾਰ ਭੇਟ ਕਰਨ ਦੇ ਲਈ ਪਹੁੰਚੇ ਹਾਂ। ਦੇਹੋ ਸੱਜਣ ਅਸੀਂ ਸੜੀਆਂ ਦੇ ਹੋਵਾ ਸਾਹਿਬ ਸੁਮੇਲ ਦੇ ਮਹਾਂਪੁਰਖ ਅਨੁਸਾਰ ਗੁਰੂ ਸਾਹਿਬ ਉਸ ਪਿਛਲੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਕੇ ਪਿਛੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ, ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ। ਸਾਰਿਆਂ ਨੂੰ ਵੀਹ ਹੋਇਆ ਕਿਹਾ ਜਾਂਦਾ, ਸਿਰਫ ਦੋ ਬੁਲਾਰੇ ਹੀ ਬੁਲਾਏ ਜਾਣਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਜਥੇਦਾਰ ਅਜਮੇਰ ਸਿੰਘ ਜੀ, ਮੈਂ ਕਰਾਂ ਜੋ ਇਸ ਪਰਿਵਾਰ ਦੇ ਨਾਲ ਥਾਂ ਪਿਆਰ ਆ ਉਹ ਇੱਕ ਦੋ ਮਿੰਟ ਵਾਸਤੇ ਸਪਿਸ਼ਲੀ ਯਾਤਰਾ ਨੂੰ ਸਾਧਾ ਅਤੇ ਸਤਿਕਾਰ ਭੇਟ ਕਰਾਂਗੇ। ਉਸ ਤੋਂ ਬਾਅਦ ਸਾਡੇ ਜਥੇਦਾਰ ਗੁਰਮੇਲ ਸਿੰਘ ਜੀ, ਪੀਏ ਸਰਦਾਰ ਸਰਜੀਤ ਸਿੰਘ ਜੀ ਬਰਨਾਲਾ, ਸਮੁੱਚੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਾਂਗੇ। ਮੈਂ ਬੇਨਤੀ ਕਰਾਂ ਜਥੇਦਾਰ ਅਜਮੇਰ ਸਿੰਘ, ਪਵਿੱਤਰ ਹਜ਼ੂਰੀ ਦੇ ਵਿੱਚ ਭਾਈ ਸਤਨਾਮ ਸਿੰਘ ਦੀ ਅੰਤਿਮ ਅਰਦਾਸ ਦੇ ਵਿੱਚ ਜੁੜੀਆਂ ਸੰਗਤਾਂ, ਬਾਬਾ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਪਰੇ, ਕੇਲ ਪਰੇਂਦੇ ਹੰਝ ਨੂੰ ਅਚਿੰਤੇ ਬਾਲ ਪਏ, ਬਾਲ ਪਏ ਤਿਸ ਰੱਬ ਦੇ ਕੇਲਾਂ ਮਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਦੀ ਰੱਬੀਆਂ ਦੇ ਮਹਾਂਵਾਕ ਅਨੁਸਾਰ ਇਸ ਪਰਿਵਾਰ ਦੇ ਨਾਲ ਉਹ ਅਸਹਿ ਅਤੇ ਉਹ ਅਕਹਿ ਦੁੱਖ ਵਾਪਰਿਆ ਜਿਹਦਾ ਮੈਂ ਸਮਝਦਾ ਕਿ ਸ਼ਬਦਾਂ ਦੇ ਵਿੱਚ ਵਰਣਨ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ। ਮੇਰੇ ਦੋਸਤ ਕਾਬਲ ਸਟੇਜ ਸਕੱਤਰ ਸਾਹਿਬ ਨੇ ਗੁਰਬਾਣੀ ਦੇ ਵਿੱਚੋਂ, ਗੁਰੂ ਸਾਹਿਬ ਦੀ ਰਚਨਾ ਦੇ ਵਿੱਚੋਂ ਕੁਝ ਅੰਸ਼ ਦੇ ਕੇ, ਟੂਕ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਸਾਹਿਬਾਨ ਵੀ ਜਾਣੀ ਜਾਣ ਸੀ, ਉਹਨਾਂ ਨੇ ਵੀ ਭਾਣਾ ਮੰਨਿਆ। ਠੀਕ ਹੈ, ਭਾਣਾ ਮੰਨਣ ਤੋਂ ਬਿਨਾਂ ਆਪਣੇ ਕੋਈ ਚਾਰਾ ਨਹੀਂ, ਪਰ ਇਹ ਕੁਦਰਤ ਦੀ ਮਾਰ ਵੀ ਨਾ ਕੀਤੀ ਵੀ
ਇਹ ਤਾਂ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਮਨੁੱਖ ਨੂੰ ਲਾਲਚ ਹੀ ਇੰਨਾ ਵੱਧ ਗਿਆ ਕਿ ਅੱਜ ਲਾਲਚਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਅੱਗੇ ਵੀ ਉਹ ਆਪਾਂ ਸਮਾਜ ਦਾ ਜਿਹੜਾ ਇੰਨਾ ਚੱਲਣ ਮਾੜਾ ਨਹੀਂ ਸੀ ਹੋਇਆ, ਕਿਉਂਕਿ ਸਾਡੇ ਜਿਹੜੇ ਰੋਲ ਮਾਡਲ ਹੁੰਦੇ ਸੀ ਉਹ ਪਿੰਡਾਂ ਦੇ ਵਿੱਚੋਂ ਜਾਂ ਸਾਡੀ ਕੌਮ ਦੇ ਜਿਹੜੇ ਲੀਡਰ ਹੁੰਦੇ ਸੀ ਉਹ ਕਹਿਣੀ ਤੇ ਕਰਨੀ ਦੇ ਪੱਕੇ ਹੁੰਦੇ ਸੀ। ਲੋਕ ਉਹਨਾਂ ਦਾ ਕਿਹਾ ਹੋਇਆ ਮੰਨਦੇ ਸੀ, ਜੋ ਉਹਨਾਂ ਨੇ ਕਹਿਤਾ ਉਹਦੇ ਜੀਵਨ ਮੁਤਾਬਕ ਢਾਲਣਾ ਸੀ। ਜਿਵੇਂ ਪੰਥ ਦੇ ਲੀਡਰ ਸੰਤ ਬਾਬਾ ਫਤਿਹ ਸਿੰਘ ਮਾਸਟਰ ਤਾਰਾ ਸਿੰਘ, ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਤੱਕ ਕਹਿਣੀ ਤੇ ਕਰਨੀ ਦੇ ਹੋਇਆ ਇਸੇ ਤਰ੍ਹਾਂ ਜੀਵਨ ਤੋਂ ਕੋਈ ਸੇਧ ਲਵਾਂਗੇ। ਸੋ ਬਹੁਤ ਹੀ ਮਾੜਾ ਇਸ ਪਰਿਵਾਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਏ ਹੋ, ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ। ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਹੋਰ ਵੀ ਜਿਹੜੇ ਲੋਕਾਂ ਨੇ ਨਾਲ ਚ ਬਸ ਆ ਕੇ ਕਾਰੇ ਨੂੰ ਅੰਜਾਮ ਤੱਕ ਪਹੁੰਚਾਇਆ ਉਹਨਾਂ ਨੂੰ ਸੱਚੇ ਪਾਤਸ਼ਾਹ ਕਾਨੂੰਨ ਤਾਂ ਸਜ਼ਾ ਦੇਊਗਾ ਪਰ ਸਮਾਜਿਕ ਤੌਰ ਤੇ ਤੇਰੀ ਦਰਗਾਹ ਦੇ ਵਿੱਚ ਵੀ ਉਹ ਲੋਕਾਂ ਨਾਲ ਬਹੁਤ ਭੈੜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹਨਾਂ ਨੇ ਇਸ ਹੱਸਦੇ ਵੱਸਦੇ ਪਰਿਵਾਰ ਨੂੰ ਬੜੀਆਂ ਪਰਿਵਾਰ ਦੀਆਂ ਹਸਰਤਾਂ ਹੁੰਦੀਆਂ ਨੇ ਕੀ ਨਹੀਂ ਆਪਾਂ ਨੌਜਵਾਨ ਜੈਸਾ ਲੋਕ ਜਿੰਨਾ ਹੋਇਆ ਪ੍ਰੰਤੂ ਇਸ ਤਰ੍ਹਾਂ ਦਾ ਵਿਸੋੜਾ ਜਿਹਨੂੰ ਮੈਂ ਸਮਝਦਾ ਕਿ ਆਪਾਂ ਚੰਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਇਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਹਾਡੇ ਸੰਗਤ ਦੀਆਂ ਅਸੀਸਾਂ ਦੇ ਨਾਲ ਦੁੱਖ ਮਿਲਾਉਣ ਆਇਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਉਸ ਅਰਦਾਸ ਨੂੰ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਡੇ ਜੋ ਪੰਚਿਆਂ ਦੇ ਸਮਾਨ ਸਤਨਾਮ ਸਿੰਘ ਜੋ ਜਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮਸੋੜਾ ਲੈ ਕੇ ਗਏ ਹੈ, ਐਡਾ ਵੱਡਾ ਦੁੱਖ ਕਿਤੇ ਪਰਿਵਾਰ ਨੂੰ ਹੋਇਆ, ਇਲਾਕੇ ਨੂੰ ਹੋਇਆ, ਪਿੰਡ ਨੂੰ ਹੋਇਆ, ਉਹਦੇ ਜਿਹੜੇ ਸੰਸਕਾਰ ਕੀਤਾ ਐਡਾ ਵੱਡਾ ਇਕੱਠ ਪਹਿਲੀ ਵਾਰ ਦੇਖਿਆ। ਇੱਕ ਪਾਸੇ ਲੋਕ ਇੱਧਰ ਸੰਸਕਾਰ ਥਾਂ ਦੱਸਿਆ, ਇੱਧਰ ਇੱਥੇ ਛੱਕ ਕੇ ਐਡੀ ਵੱਡੀ ਹਮਦਰਦੀ ਲੋਕਾਂ ਨੇ ਜ਼ਾਹਰ ਕੀਤੀ ਹੈ। ਇੱਕ ਮੌਤ ਹੋ ਜਾਣੀ ਹੈ, ਕੁਦਰਤੀ ਮੌਤ ਹੋ ਜਾਣੀ ਹੈ, ਇੱਕ ਮੌਤ ਤੇ ਕਾਨੂੰਨ ਦੇ ਕੁਛ ਜਿਹੜੇ ਮੇਰੇ ਪਹਿਲਾਂ ਸਾਹਿਬ ਜਗਮੇਲ ਸਿੰਘ ਮਹਿਲ ਕਲਾਂ ਨੇ ਦੱਸਿਆ, ਸਾਡਾ ਪੈਸੇ ਨੇ ਦੱਸਿਆ, ਜੋ ਸਾਡੇ ਰੋਲ ਮਾਡਲ ਹੁੰਦੇ ਆਗੂ ਹੁੰਦੇ ਆ ਉਹਨਾਂ ਤੋਂ ਸੇਧਾਂ ਲੈਣੀਆਂ ਹੁੰਦੀਆਂ, ਇਮਾਨਦਾਰੀ ਦੀਆਂ, ਸੱਚ ਦੀਆਂ। ਭਾਵੇਂ ਮੇਰੀ ਡਿਊਟੀ ਇੱਥੇ ਧੰਨਵਾਦ ਲਈ ਲੱਗੀ ਹੈ, ਪ੍ਰੰਤੂ ਮੈਂ ਕਹਿ ਗੁਰੇਜ਼ ਨਹੀਂ ਕਰੂੰਗਾ। ਜਿਹੜੇ ਆਗੂ ਪਰਦੇ ਦੇ ਦਿੱਸੇ ਗਲਤ ਬੰਦੇ ਦੀ ਮਦਦ ਕਰਦੇ ਆ ਉਹਨਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ। ਇਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾਉਣ ਤੱਕ ਦੀ ਪਰਵਾਹ ਨਹੀਂ ਕੀਤੀ ਇਸ ਪਰਿਵਾਰ ਨੇ, ਇਸ ਲਈ ਸਮੁੱਚੇ ਨਗਰ ਦੇ ਵੱਲੋਂ ਇਹ ਮੈਨੂੰ ਕਿਹਾ ਗਿਆ ਕਿ ਬੇਨਤੀ ਹੈ ਕਿ ਸਮੁੱਚਾ ਨਗਰ ਇਸ ਪਰਿਵਾਰ ਦੇ ਮੋਢੇ ਨਾਲ ਮੋਢੇ ਜੋੜ ਕੇ ਖੜਾ ਕਰ। ਮੈਂ ਬੇਨਤੀ ਕਰਾਂ ਇੱਕ ਮਿੰਟ ਦੇ ਲਈ ਬੀਬੀ ਹਰਚੰਦ ਕੌਰ ਜੀ ਸਾਹਿਬ ਐਮ ਐਲ ਏ ਔਰ ਬਿਜਲੀ ਦੀ ਆਤਮਾ ਨੂੰ ਸਾਧਾ ਦੀ ਸਤਿ ਸ੍ਰੀ ਅਕਾਲ। ਬਹੁਤ ਹੀ ਵਿਸਤਾਰ ਦੇ ਨਾਲ ਸਾਰਿਆਂ ਨੇ ਦੱਸਿਆ ਗਾ, ਕਿਉਂਕਿ
ਮੈਨੂੰ ਇਸ ਪਰਿਵਾਰ ਨਾਲ ਬਹੁਤ ਹੀ ਵਧਾਇਆ ਹੈ। ਦੁੱਖ ਤਕਲੀਫ ਦੇ ਵਿੱਚ ਹਮੇਸ਼ਾ ਸਾਥ ਦਿੰਦੇ ਰਹੇਗੇ। ਅੱਜ ਜੋ ਸਰਦਾਰ ਜਗਦੇਵ ਸਿੰਘ ਜਿਨ੍ਹਾਂ ਦਾ ਇੱਕ ਬਹੁਤ ਹੀ ਸਿਆਣਾ ਬੱਚਾ, ਜਿਨ੍ਹਾਂ ਨੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕਰਨਾ ਸੀ, ਉਹਨਾਂ ਨੇ ਬਹੁਤ ਹੀ ਧਾਰਨਾ ਧਾਰੀਆਂ, ਪਰ ਉਹਨਾਂ ਤੋਂ ਉਹਨਾਂ ਨੂੰ ਕੁਛ ਨਹੀਂ ਪ੍ਰਾਪਤ, ਕਿਉਂਕਿ ਆਪਾਂ ਸਾਰਿਆਂ ਨੇ ਬੱਚਿਆਂ ਵਾਸਤੇ ਬਹੁਤ ਕੁਛ ਕਰ ਦਿਆਂਗੇ ਕਿ ਸਾਡਾ ਬੱਚਾ ਚੰਗਾ ਕੰਮ ਕਰੇ, ਸਾਡੇ ਪਰਿਵਾਰ ਨੂੰ ਅੱਗੇ ਲੈ ਕੇ ਜਾਵੇ, ਤਾਂ ਇਹ ਸਾਰਾ ਕੰਮ ਆਪਾਂ ਨੂੰ ਕਰਨਾ ਪੈਂਦਾ ਗਾ। ਪਰ ਇਹ ਨਹੀਂ ਪਤਾ ਵੀ ਸਾਡੇ ਨਾਲ ਕੀ ਹੋਣਾ। ਦੇਖੋ ਪਰਿਵਾਰ ਨੇ, ਉਹਨਾਂ ਦੇ ਭਰਾ ਨੇ ਅਤੇ ਜਗਦੇਵ ਸਿੰਘ ਨੇ ਆਪਣੇ ਲੜਕੇ ਦੇ ਵਾਸਤੇ ਜੋ ਕੰਮ ਕੀਤਾ, ਅੱਜ ਤੁਸੀਂ ਸਾਰੇ ਐਡਾ ਵੱਡਾ ਇਕੱਠਾ ਬੈਠੇ ਸਾਰੇ ਆਪਾਂ ਸੋਚ ਰਹੇ ਹਾਂ ਵੀ ਆਪਾਂ ਕਿਸੇ ਦੇ ਵਿੱਚ ਪਾ ਕੇ ਕੋਈ ਨਾ ਕੋਈ ਕੰਮ ਕਰ ਦਿਆਂਗੇ। ਪਰ ਅੱਜ ਜਿਹੜੀ ਸਰਦਾਰ ਜਗਦੇਵ ਸਿੰਘ ਨਾਲ ਹੋਈ ਆ, ਮੈਂ ਕਹਿੰਦੀ ਕਿਸੇ ਨਾਲ ਨਾ ਹੋਵੇ, ਕਿਉਂਕਿ ਨੌਜਵਾਨ ਪੁੱਤਰ ਨਾਲੇ ਘਰ ਗਿਆ ਨਾਲੇ ਪੁੱਤਰ ਨਾ ਰਿਹਾ, ਅਤੇ ਅੱਜ ਉਹ ਮਾਂ ਅੱਜ ਉਹ ਪਿਓ ਜਿਨ੍ਹਾਂ ਦੇ ਹੱਥ ਬਾਰੇ ਕੁਛ ਨਹੀਂ। ਮੈਂ ਉਸ ਦਿਨ ਜਿਸ ਦਿਨ ਇਹਨਾਂ ਦੀ ਡੈਥ ਹੋਈ ਸੀ, ਤਾਂ ਜਿੰਨਾ ਵੀ ਹੋਇਆ ਉਹਨਾਂ ਕੁਛ ਕੀਤਾ, ਹਰ ਪਲ ਹਰ ਦਿਹਾੜੀ ਇਹਨਾਂ ਦੇ ਨਾਲ। ਪਹਿਲਾਂ ਵੀ ਜੋ ਨਗਰ ਵਾਸਤੇ ਕੀਤਾ ਉਹ ਸਾਰਿਆਂ ਨੂੰ ਪਤਾ, ਕਿਉਂਕਿ ਅੱਜ ਆਪਾਂ ਜਿਹੜੀ ਸੱਚੀ ਗੱਲ ਕਹਿੰਦੇ ਹਾਂ, ਜਿਹੜਾ ਇਹਨਾਂ ਦਾ ਪਰਿਵਾਰ ਆ, ਸੁਖਦੇਵ ਦਾ ਪਰਿਵਾਰ ਆ, ਜਗਦੇਵ ਸਿੰਘ ਨੇ ਆਪਣੇ ਭਰਾ ਨੇ, ਤਾਂ ਇਹ ਸਮਾਜ ਦੇ ਵਿੱਚ ਆਪਣਾ ਵਧੀਆ ਕੰਮ ਕਰ ਰਹੇ, ਸਮਾਜ ਸੇਵੀ ਨੇ, ਕਿਉਂਕਿ ਇਹਨਾਂ ਨੇ ਆਪਣੀ ਜਿਹੜੀ ਸੱਚੀ ਮਿਹਨਤ ਸੀ, ਸੱਚੀ ਮਿਹਨਤ ਦੇ ਨਾਲ ਜੋ ਪੈਸਾ ਕਮਾ ਕੇ ਆਪਣੇ ਪੁੱਤਰ ਦੀ ਖਾਤਰ ਐਡਾ ਵੱਡਾ ਕੰਮ ਕੀਤਾ, ਅੱਜ ਤੁਸੀਂ ਦੇਖੋ ਹੱਥ ਕੁਛ ਵੀ ਰਹੇ।
ਸਕਦੇ ਹੋ।